ਇੱਕ ਸਕੋਰਪੀਓ ਗੱਡੀ ਬੇਕਾਬੂ ਹੋ ਕੇ ਸੂਏ ਦੇ ਵਿੱਚ ਜਾ ਡਿੱਗੀ ਹੈ, ਜਿਸ ਦੇ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਸਕੋਰਪੀਓ ਗੱਡੀ ਜਦੋਂ ਸੂਏ ਦੇ ਕੋਲ ਆ ਰਹੀ ਸੀ ਤਾਂ ਅਚਾਨਕ ਹੀ ਗੱਡੀ ਦੇ ਅੱਗੋਂ ਅਵਾਰਾ ਪਸ਼ੂ ਨਿਕਲ ਜਾਂਦਾ, ਜਿਸ ਦੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਜਾ ਕੇ ਸਿੱਧਾ ਹੀ ਸੂਏ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ। ਹਾਲਾਂਕਿ ਇਸ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਦੱਸੇ ਜਾ ਰਹੇ ਸਨ, ਜਿਸ ਦੇ ਵਿੱਚ ਇੱਕ ਪਿਓ ਪੁੱਤ ਅਤੇ ਇੱਕ ਪਿੰਡ ਦਾ ਹੀ ਹੋਰ ਲੜਕਾ ਸਵਾਰ ਦੱਸਿਆ ਜਾ ਰਿਹਾ ਸੀ। ਪਰ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਪਿਓ ਹੈ ਉਸਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਲੜਕਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਜਿਵੇਂ ਹੀ ਇਹ ਗੱਡੀ ਪਲਟਦੀ ਹੈ ਤਾਂ ਦੋਵੇਂ ਲੜਕੇ ਕਾਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਜੋ ਲੜਕੇ ਦਾ ਪਿਤਾ ਹੈ ਉਸ ਨੂੰ ਤੁਰੰਤ ਗੱਡੀ ਦੇ ਹੇਠੋਂ ਕੱਢਿਆ ਜਾਂਦਾ ਹੈ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਪਰ ਕਿਹਾ ਜਾ ਰਿਹਾ ਕਿ ਰਸਤੇ ਦੇ ਵਿੱਚ ਜਾਂਦੇ ਸਮੇਂ ਹੀ ਉਹਨਾਂ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਫਰੀਦਕੋਟ ਦੇ ਵਿੱਚ ਵਾਪਰਿਆ। ਇੱਕ ਪਿਓ ਪੁੱਤ ਅਤੇ ਪਿੰਡ ਦਾ ਹੀ ਇੱਕ ਲੜਕਾ ਚੰਡੀਗੜ੍ਹ ਤੋਂ ਫਰੀਦਕੋਟ ਦੇ ਵੱਲ ਜਾ ਰਹੇ ਸੀ ਤਾਂ ਘਰ ਤੋਂ ਕਿਹਾ ਜਾ ਰਿਹਾ ਕਿ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੀ ਇਹ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਅਵਾਰਾ ਪਸ਼ੂ ਜਦੋਂ ਗੱਡੀ ਦੇ ਅੱਗੇ ਆ ਜਾਂਦਾ ਹੈ ਤਾਂ ਸਕੋਰਪੀਓ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ ਜਾ ਕੇ ਸਿੱਧਾ ਹੀ ਸੂਏ ਦੇ ਵਿੱਚ ਪਲਟ ਜਾਂਦੀ ਹੈ, ਜਿਸ 'ਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਹਾਂਜੀ ਭਾਈ ਜੀ, ਇਹ ਨਾ ਰਾਤੀ 9:25 ਮਤਲਬ ਦੀ ਕਰੀਬ ਦੀ ਘਟਨਾ ਜੀ। ਇਹ ਉਧਰੋਂ ਸਾਦਕ ਵਾਲੇ ਪਾਸੋਂ ਗੱਡੀ ਆ ਰਹੀ ਸੀ, ਸਕੋਰਪੀਓ ਗੱਡੀ ਆ, ਮਰਾਰਾਂ ਦੀ ਦੱਸ ਰਹੇ ਆ। ਤੇ ਉਹ ਕੋਈ ਗਾਂ ਸੀਗੀ, ਗਾਂ ਜਦੋਂ ਨੂੰ ਗਾਂ ਮੂਹਰੇ ਆਈ, ਗਾਂ ਨੂੰ ਕੱਟ ਮਾਰਨ ਲੱਗੇ, ਸ਼ਾਇਦ ਜ਼ਿਆਦਾ ਕੱਟ ਵੱਜ ਗਿਆ ਜੀ। ਤੇ ਉਹ ਸਿੱਧੀ ਉੱਥੋਂ ਓਵਰਫਲੋਇੰਗ ਹੋ ਕੇ ਸਿੱਧੀ ਮਤਲਬ ਗਈ ਆ ਟਾਇਰ ਤੋਂ ਲੱਗਣ ਤੋਂ, ਹਵਾ 'ਚ ਜਿਵੇਂ ਆਪਾਂ ਕਹਿ ਦਿੰਦੇ ਹਾਂ। ਬਹੁਤ ਕਾਫ਼ੀ ਭਿਆਨਕ ਐਕਸੀਡੈਂਟ ਜਿਹੜਾ ਵੀ ਹੋਇਆ ਜੀ, ਤੇ ਜਿਹਦੇ ਵਿੱਚੋਂ ਜੀ ਹਰਜੀਤ ਸਿੰਘ ਨਾਮ ਦਾ ਸ਼ਾਇਦ ਕੋਈ ਸੀਗਾ ਜੀ, ਮਰਾੜਾਂ ਤੋਂ, ਜਿਹਨਾਂ ਦੀ ਡੈਥ ਕਹਿ ਰਹੇ ਹੋ ਰਹੇ ਆ, ਹੋ ਗਈ ਆ ਜੀ। ਤੇ ਬਾਕੀ 2 ਜਿਹੜੇ ਨਾਲ ਮੁੰਡੇ ਹੋਰ ਸੀ ਉਹ ਠੀਕ ਹੈ ਜੀ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਖੜਕਾ ਵਗੈਰਾ ਹੋਇਆ? ਅਸੀਂ ਜੀ, ਮੈਂ ਇੱਥੇ SBRS ਕਾਲਜ ਦੇ ਵਿੱਚ ਇੱਕ ਜੋਬ ਕਰਦਾ ਜੀ, ਮੈਂ ਇੱਥੇ ਸੀਗਾ ਤੇ ਮੈਨੂੰ ਨਾਲ ਦੇ ਨਾਈਟ ਵਾਲੇ ਮੁੰਡਿਆਂ ਨੇ ਫੋਨ ਕੀਤਾ ਨਾਲ ਦੀ ਨਾਲ ਹੀ, ਤੇ ਜਦ ਮੈਂ ਆਇਆ ਤਾਂ ਉਦੋਂ ਬਾਈ ਉਹਦੀ ਬੈਠੀ ਸੀਗੀ ਅਜੇ ਜੀ, ਅਸੀਂ ਕੱਢੇ ਵਿੱਚੋਂ ਵੜ ਵੁੜ ਕੇ ਜੀ, ਕਿਸੇ ਨਾ ਕਿਸੇ ਸੀਜ਼ਾ ਸੂਜ਼ਾ ਭੰਨ ਕੇ ਜੀ ਕਿਸੇ ਤਰੀਕੇ ਨਾਲ। ਉਦੋਂ ਤਾਂ ਬਾਈ ਉਹ ਠੀਕ ਲੱਗ ਰਿਹਾ ਜੀ, ਕਿਉਂਕਿ ਮੇਰੇ ਨਾਲ ਵੀ ਉਹਦੀ ਗੱਲ ਹੋਈ ਆ, ਉਹ ਕਹਿੰਦੇ ਬਾਈ ਠੀਕ ਆ, ਬਈ ਉੱਦਾਂ ਤਕਲੀਫ 'ਚ ਜ਼ਰੂਰ ਸੀਗੇ, ਪਰ ਉਹ ਮਾਰਨਿੰਗ ਜਦੋਂ ਉਹਨਾਂ ਦੇ ਕੋਈ ਬ੍ਰਦਰ ਉੱਥੇ 6 ਵਜੇ ਆਏ ਤੇ ਉਹਨਾਂ ਤੋਂ ਪਤਾ ਲੱਗਿਆ, ਕਹਿੰਦੇ ਵੀ ਰਾਤ ਉਹਨਾਂ ਦੀ ਡੈਥ ਹੋ ਗਈ। ਤੇ ਦੂਜੇ ਜਿਹੜੇ ਨਾਲ ਸੀ ਉਹਨਾਂ ਦੇ ਜਮਾਂ ਨੋਰਮਲ ਸੀ, ਠੀਕ ਸੀਗਾ ਜੀ, ਉਹਨਾਂ ਨੇ ਵੀ ਨਾਲ ਵਿਚਾਰਿਆਂ ਨੇ ਹੈਲਪ ਕੀਤੀ ਆ, ਕਿਉਂਕਿ ਠੰਡ ਸੀਗੀ ਜੀ, ਪਾਣੀ ਪੂਣੀ ਕਾਫੀ ਠੰਡਾ ਸੀਗਾ, ਗਿੱਲੇ ਸੀ ਸਾਰੇ ਜੀ, ਅਸੀਂ ਵੀ ਥੋੜੇ ਬਹੁਤੇ ਗਿੱਲੇ ਹੋ ਗਏ ਜੀ। ਮੇਰੇ ਨਾਲ ਦੇ 2 ਮੁੰਡੇ ਡਿਊਟੀ ਕਰਦੇ ਜੀ ਇੱਥੇ, ਉਹ ਵੀ ਮਤਲਬ ਪੂਰੇ ਉਹਨਾਂ ਨੇ ਵਿੱਚ ਵੜ ਕੇ ਕੱਢੇ ਆ ਜੀ। ਉਹ ਮੁੰਡੇ ਦੂਜੇ ਦਾ ਠੀਕ ਲੱਗ ਗਏ ਸੀ, ਕਿਉਂਕਿ ਉਹਨਾਂ ਨੇ ਤਾਂ ਕੋਈ ਲੱਗ ਜੀ ਨਹੀਂ ਸੀ, ਇਹ ਵੀ ਦੇਖਣ ਨੂੰ ਠੀਕ ਲੱਗ ਰਹੀ ਸੀ, ਹੱਥ ਹੁੱਥ ਮਾਰ ਕੇ ਦੇਖਿਆ ਪਰ ਉਦਾਂ ਸੱਟ ਨਹੀਂ ਸੀ ਕੋਈ, ਪਰ ਲੱਗਦਾ ਕੋਈ ਅੰਦਰੂਨੀ ਸੱਟ ਜਾਂ ਤਾਂ ਕੋਈ ਦਬਾਅ ਵਜਨ ਜਿਵੇਂ ਕੋਈ ਆ ਜਾਂਦਾ ਉਹ ਲੱਗ ਗਈ।